ਤੇਨਾ ਕਰੋ ਹਮਲੇ ਬਈ ਪੜ ਲਿਖ ਕੇ ਨਾ ਐਵੇਂ ਬਣੋ ਕਮਲੇ ਹੋ ਕੀਤੇ ਹੋਏ ਪਾਪ ਕਦੇ ਰੱਬ ਤੋਂ ਨਹੀਂ ਲੁਕਦੇ ਪਾਪ ਰੱਬ ਤੋਂ ਕਦੇ ਵੀ ਨਹੀਂ ਲੁਕਦੇ ਟਾਈਮ ਪਾ ਕੇ ਸਜ਼ਾ ਮਿਲ ਜਾਂਦੀ ਹੈ ਕੀਤੇ ਹੋਏ ਪਾਪ ਕਦੇ ਰੱਬ ਤੋਂ ਨਹੀਂ ਲੁਕਦੇ ਹੋ ਲੈਂਦਾ ਹੈ ਹਿਸਾਬ ਫਿਰ ਪਾਈ ਪਾਈ ਦਾ ਹੋ ਤਾਜ ਵਿੱਚ ਮਿਲੀ ਹੋਵੇ ਜਿਹੜੀ ਗੱਡੀ ਮਿੱਤਰੋ ਉਹਦੇ ਪਿੱਛੇ ਕਦੇ ਗੋਤ ਨਹੀਂ ਲਿਖਾਈ ਲੈ ਹੁਣ ਉਸ ਨੌਜਵਾਨ ਦੀ ਕਹਾਣੀ ਪੇਸ਼ ਕਰਨ ਲੱਗੇ ਹਾਂ ਜਿਹਨੇ ਬੜੀ ਮਿਹਨਤ ਦੇ ਨਾਲ ਪੜ੍ਹਾਈ ਲਿਖਾਈ ਕਰਕੇ ਵੱਡਾ ਅਫਸਰ ਬਣ ਜਾਂਦਾ ਮੰਤਰੀ ਬਣਦਾ ਜਿਵੇਂ ਭਗਵੰਤ ਮਾਨ ਨੇ ਬੜੀ ਮਿਹਨਤ ਦੇ ਨਾਲ ਮੂੰਹ ਚੋਂ ਖੂਨ ਆਉਣ ਲੱਗਿਆ ਸੀ ਬੋਲਦੇ ਬੋਲਦੇ ਨੇ ਇੰਨੀ ਮਿਹਨਤ ਕਰੀ ਆ ਕਿੱਡਾ ਅਫਸਰ ਬਣ ਗਿਆ ਅਫਸਰ ਕੀ ਵੱਡਾ ਮੰਤਰੀ ਬਣਿਆ ਇੱਕ ਵਾਰ ਜੋਰ ਦਰ ਤਾੜੀ ਭਗਵੰਤ ਮਾਨ ਜੀ ਉਹ ਚੰਡੀਗੜ੍ਹ ਘੁੰਮ ਲੈ ਕੇ ਐਸੀ ਗੱਡੀਆਂ
ਵੱਡੇ ਕੇਸਾਂ ਤੇ ਮਿੱਟੀ ਪੈ ਜਾਂਦੀ ਹੈ, ਪਰ ਮਾਨ ਸਾਹਿਬ ਕਹਿੰਦੇ ਹੁਣ ਮਿੱਟੀ ਨਹੀਂ ਪੈਣ ਜਾਣੀ, ਹੁਣ ਸਜ਼ਾ ਮਿਲਿਆ ਕਰੂਗੀ। ਹੇਠ ਲਤਾੜਨ